ਤੇ ਹੁਣ ਗੱਲ ਹਰਿਆਣਾ ਜਾਟ ਅੰਦੋਲਨ ਦੀ। ਹਰਿਆਣਾ ਜਾਟ ਅੰਦੋਲਨ ਦੇ ਨਾਲ ਇਨਸਾਨੀਅਤ ਨੂੰ ਡੂੰਘੀ ਸੱਟ ਵੱਜੀ ਹੈ। ਹਰਿਆਣਾ ਜਾਟ ਅੰਦੋਲਨ ਦੇ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਦੇ ਬਾਅਦ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸਪੋਕਸਪਰਸਨ ਰਾਮ ਸਿੰਘ ਬਰਾੜ ਨੇ ਇਲਜ਼ਾਮ ਲਗਾਏ ਕਿ ਸਭ ਕੁਝ ਹਰਿਆਣਾ ਸਰਕਾਰ ਦੇ ਇਸ਼ਾਰੇ ਉੱਤੇ ਹੋਇਆ। ਉਹਨਾਂ ਹਰਿਆਣਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਇਸ ਦੇ ਲਈ ਪੂਰੇ ਦੇ ਪੂਰੇ ਜਿਹੜੇ ਹਰਿਆਣੇ 'ਚ ਹਾਲਾਤ ਹੋਏ ਨੇ ਔਰ ਜੋ ਉੱਥੇ ਦੰਗੇ ਹੋਏ ਨੇ, ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋਇਆ, ਉਹਦੇ ਲਈ ਪੂਰੀ ਦੀ ਪੂਰੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। 10 ਦਿਨਾਂ ਤੱਕ ਪ੍ਰਦੇਸ਼ 'ਚ ਬਿਲਕੁਲ ਨੰਗਾ ਨਾਚ ਹੁੰਦਾ ਰਿਹਾ, ਲੋਕਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗਾਂ ਲਾਈਆਂ ਗਈਆਂ ਔਰ ਬਿਲਕੁਲ ਪੂਰੇ ਦਾ ਪੂਰਾ ਭਾਈਚਾਰਾ ਤੋੜਿਆ ਗਿਆ। ਔਰ ਜਾਣ ਬੁੱਝ ਕੇ ਇਹਦੀ ਜਿਹੜੀ ਸ਼ੁਰੂਆਤ ਸੀ ਉਹ BJP ਵਾਲਿਆਂ ਨੇ ਕੀਤੀ, ਚਾਹੇ ਰੋਹਤਕ ਸੀ ਚਾਹੇ ਭਿਵਾਣੀ ਸੀ। BJP ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ ਉਹ ਭਿਵਾਣੀ 'ਚ ਉਹਨੇ ਆਪ ਆਗੂ ਬਣ ਕੇ ਪਹਿਲਾਂ ਜਾਟ ਭਵਨ 'ਤੇ ਜਿਹੜਾ ਉੱਥੇ ਸੀਗਾ ਉਹਦੇ 'ਤੇ ਜਾਟ ਧਰਮਸ਼ਾਲਾ 'ਤੇ ਹਮਲਾ ਕੀਤਾ, ਫਿਰ NLO ਦੇ ਦਫ਼ਤਰ ਪੈਟਰੋਲ ਪੰਪ 'ਤੇ ਕੀਤਾ। ਇਸ ਤਰ੍ਹਾਂ ਦੀਆਂ ਘਟਨਾਵਾਂ 'ਚ BJP ਆਪ ਸ਼ਾਮਲ ਲੱਗਦੀ ਹੈ। ਉਸ ਤੋਂ ਪਹਿਲਾਂ ਅੱਗ ਲਾਉਣ ਦਾ ਕੰਮ ਸੀ, ਜਿਹੜੇ ਕੁਰਕਸ਼ੇਤਰ ਦੇ MP ਸੀ ਜਿਹੜੇ ਰਾਜਕੁਮਾਰ ਸੈਣੀ BJP ਦੇ, ਉਹਨਾਂ ਨੇ ਅੱਗ ਲਾਉਣ ਦਾ ਕੰਮ ਕੀਤਾ, ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਉਤੇਜਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। 10 ਦਿਨ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਪ੍ਰਯਾਸ ਨਹੀਂ ਕੀਤੀ। ਸਰਕਾਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ, ਉਸ ਪੂਰੀ ਤਰ੍ਹਾਂ ਸਰਕਾਰ ਫੇਲ ਹੋ ਗਈ ਹੈ। ਸਾਡੀ ਪਾਰਟੀ ਲੀਡਰ ਆਫ ਦੀ ਅਪੋਜੀਸ਼ਨ ਅਭੈ ਸਿੰਘ ਚੌਟਾਲਾ ਦੇ ਨੇਤਰਤਵ 'ਚ ਜਾ ਕੇ ਗਵਰਨਰ ਨੂੰ ਮਿਲ ਕੇ ਆਏ ਹਾਂ। ਅਸੀਂ ਮੈਮੋਰੈਂਡਮ ਦੇ ਕੇ ਆਏ ਹਾਂ ਕਿ ਇਹ ਸਰਕਾਰ ਆਪਦੀ ਜਿਹੜੀ ਕੰਸਟੀਟਿਊਸ਼ਨਲ ਡਿਊਟੀ ਨਿਭਾਉਣ 'ਚ ਫੇਲ ਹੋਈ ਹੈ, ਇਸ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਇਸ ਸਰਕਾਰ ਨੂੰ ਸੱਤਾ 'ਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਬੇਕਸੂਰ ਲੋਕਾਂ ਦੀ ਜਾਨ ਗਈ ਹੈ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਜਿਨ੍ਹਾਂ ਦੀ ਦੁਕਾਨ, ਘਰ, ਮਕਾਨ ਜਿਨ੍ਹਾਂ ਦੇ ਸੜੇ ਨੇ, ਜਿਨ੍ਹਾਂ ਦਾ ਨੁਕਸਾਨ ਹੋਇਆ, ਉਹਨਾਂ ਦਾ ਵੀ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਔਰ ਇਸ ਪੂਰੇ ਦੇ ਪੂਰੇ ਮਾਮਲੇ ਦੀ ਜਿਹੜੇ ਕਾਰਨ ਰਹੇ ਨੇ ਔਰ ਜਿਹੜੇ ਕੌਣ ਇਹਨਾਂ ਨੂੰ ਵਧਾਉਣ ਦੇ ਵਿੱਚ ਸ਼ਾਮਲ ਰਹੇ ਨੇ, ਉਹ ਸਾਰੇ ਦੀ ਇੱਕ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ, ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਦੋਸ਼ੀਆਂ ਦਾ ਪਤਾ ਲੱਗ ਸਕੇ। ਲੇਕਿਨ ਇਹ BJP ਸਰਕਾਰ ਦਾ ਪੂਰੀ ਫੇਲੀਅਰ ਹੈ, ਇਹਨੂੰ ਪਾਵਰ 'ਚ ਰਹਿਣ ਦਾ, ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ ਬਣਦਾ।